कई बार ना मन च अपने भुलेखा हों ब्याह वेले पता की भुलेखा हों यार भूआ के मुंडे को फॉर्चूनर हैगी है यार फुल तो पोते ला लाँगे उन्हें तवा के लियानी आ उन्हें फुल लाने उन्हें बाद च तवानी आ उन्हें बारी खिलाई लैनी आ तकरीबन पै वह भी उस पाई जानी होंगी आ तुसी ये तजर्बा करके वेख लियो कि तुसी हाँ जिहड़ी तुसी किराए वाली कराउंदे उहदे नाल एक किरती बंदे नूं रुजगार मिलदा है एक ड्राइवर नूं रुजगार मिलदा एक बंदे नूं हौसला मिलदा। दूजी गल मैं जिहड़े सज्जन कोले लैके आया ना वीर कोले ये बाई दी बेटी दा नाम है बाणी जिद्दे बेटी पैदा हुई उद्दे बाई ने पहली गड्डी ली हर साल बाई इन्नी मेहनत करदा इन्ना वधिया सिस्टम आ कि आ गड्डियां दी गिणती तो तुसी अंदाजा ला सकदे आ कि बेटी आ जिहड़ी उह किन्ने साल दी हो गई एवें आ ना गलबात बाई। हाँ जी बाई जी जिन्ने साल दी बेटी हो गई उन्नियां गड्डियां हो गईयां तुसी देखो लोग कहिंदे आ कि यार धीआं हो गई धी हो गई यार तू की करेगा की करेगा की करेगा शायद कित ना कि जो उदो तेरी भी उम्र छोटी होगी उदो तेन भी ए लगे कुड़ी हो जो कुड़ी हुई थी डॉक्टर भी मैंने कहते कहते जिंदगी पहला केस देखे भी जो कुड़ी हुई थी सुन के कोई नचता ही मैं ये जेड़ा भी जी आवे बे सही सलामत आवे बाकी महाराज की दात का दुख सुख का जे घर करम च सुख हैगा तो धिया ने भी दे देना जे नहीं हैगा तो चाहे चार पुत जम लो भुखे फे भी जाना तो वो धी हुई ਧੀ ਹੋਣ ਤੋਂ ਬਾਅਦ ਹਰ ਸਾਲ ਇੱਕ ਗੱਡੀ ਆ ਰਹੀ। ਹਾਂਜੀ ਇਹ ਧੀ ਦੇ ਕਰਮ ਆ ਜਿਹੜੇ ਨਾਲ ਜੁੜੇ ਹੋਏ ਜੀ। ਸ਼ੁਕਰ 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 ਬਹੁਤ ਵਧੀਆ ਗੱਲ ਆ ਯਾਰ ਤੁਸੀਂ ਜਿਹੜੇ ਵੀ ਧੀਆਂ ਨੂੰ ਪਿਆਰ ਕਰਦੇ ਨਾ ਉਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਬਾਈ। ਸਭ ਤੋਂ ਪਹਿਲਾਂ ਗੱਡੀ ਕਿਹੜੀ ਲਈ ਫਿਰ? ਆਹ ਲਈ ਸੀ ਬਾਈ ਮਰਸਡੀ। ਇਹ ਸਭ ਤੋਂ ਪਹਿਲੀ ਲਈ? ਹਾਂਜੀ ਇਹ ਮੇਰੀ ਪਹਿਲੀ ਗੱਡੀ ਆ ਬਾਈ। ਹਾਂ ਇਹ ਗੱਡੀ ਦਾ ਕੀ ਰਿਕਾਰਡ ਰਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ? ਇਹਨੂੰ ਇਹਦੇ ਨਾਲ ਮੁਹੱਬਤ ਆ ਨਹੀਂ? ਆਮ ਤੌਰ 'ਤੇ ਥੋੜ੍ਹਾ ਚਿਰ ਚਲਾ ਕੇ ਆਪਾਂ ਵੇਚ ਦਿੰਦੇ ਹੁੰਦੇ ਹਾਂ। ਨਹੀਂ ਇਹ ਲੋਹਾ ਹੀ ਭਾਗਾਂ ਵਾਲਾ ਬਾਈ ਕਦੀ ਇਹ ਗੱਡੀ ਨੇ ਦਗਾ ਨਹੀਂ ਕੀਤਾ। ਮੰਨ ਲਓ ਜੇ ਮੰਨ ਲਓ ਕੋਈ ਦਿੱਕਤ ਹੋਊਗੀ ਕਦੀ ਬਰਾਤ 'ਚ ਨਹੀਂ ਦਗਾ ਕੀਤਾ ਬਰਾਤ ਦੇ ਬਾਅਦ 'ਚੋਂ ਜਾਂ ਦੋ ਦਿਨ ਪਹਿਲਾਂ ਦੱਸ ਦਿੰਦੀ ਆਪਾਂ ਤਾਂ ਇੱਕ ਤਰ੍ਹਾਂ ਘਰ ਦਾ ਜੀਓ ਹੀ ਸਮਝਦੇ ਇਹਨੂੰ ਅਤੇ ਜਿੱਦਾਂ ਬੰਦਾ ਪਹਿਲਾਂ ਦੱਸਦਾ ਤਾਂ ਮੈਂ ਆਹ ਨਹੀਂ ਜਾ ਸਕਦਾ ਵੀ ਮੈਨੂੰ ਬਾ ਉਹ ਚੀਜ਼ ਇਹ ਗੱਡੀ ਹੈ ਲੋਹਾ ਬਹੁਤ ਭਾਗਾਂ ਵਾਲਾ ਬਾਈ ਇਹ। ਅੱਛਾ ਅਤੇ ਇਹ ਹੁਣ ਇਹਨੂੰ ਭੇਜਦੇ ਵੀ ਨਹੀਂ? ਨਹੀਂ ਨਹੀਂ ਇਹ ਤਾਂ ਘਰ ਦੇ ਬਜ਼ੁਰਗਾਂ ਨੂੰ ਜਿੱਦਾਂ ਆਪਾਂ ਘਰ ਦੇ ਬਜ਼ੁਰਗ ਨੂੰ ਕਹਿੰਦੇ ਬਾਈ ਤੂੰ ਕੰਮ ਨਹੀਂ ਕਰਨਾ ਬਾ ਆਰਾਮ ਨਾਲ ਰਹਿ ਇਹ ਉਹ ਹਿਸਾਬ ਨਾਲ ਇਹਦਾ ਹਿਸਾਬ ਹੈ ਜੀ ਬਾਈ। ਬਸ ਇਹਨੂੰ ਐਵੇਂ ਰੱਖਿਆ ਹੋਇਆ ਕਿ ਤੂੰ ਭਾਈ ਸਾਰਿਆਂ ਨੂੰ ਵੇਖਣਾ ਹੈ ਪਰ ਤੂੰ ਕੰਮ ਨਹੀਂ ਕਰਨਾ। ਘਰ ਦੀ ਬਜ਼ੁਰਗ ਹੈ ਜੀ ਇਹ। ਕਿਆ ਬਾਤ ਆ ਤੇ ਫਿਰ ਇਹ ਇਸ ਸਾਲ ਲੈ ਕੇ ਆਉਂਦੀ G63 ਰੀਜਨਲ ਆ ਬਾਈ ਜੀ ਇਹ। ਹਾਂ G63 ਰੀਜਨਲ ਆ ਤੇ ਇਸ ਸਾਲ ਇਹ ਤੇ ਪੈਸੇ ਲਾਤੇ ਆ। ਹਾਂਜੀ ਕਿਰਤੀ ਬੰਦੇ ਨੇ ਬਹੁਤ ਪੈਸੇ ਲਾਤੇ ਆ ਸਿਰਫ ਤੁਹਾਡੇ ਮਿਲਦੇ ਪਿਆਰ ਦਾ ਕਰਕੇ। ਹਾਂਜੀ ਹਾਂਜੀ ਤੇ ਇਸ ਵਾਰੀ ਸਾਨੂੰ ਪਿਆਰ ਵਾਪਸ ਚਾਹੀਦਾ ਤੁਹਾਡਾ ਕਿ ਤੁਸੀਂ ਵੀਡੀਓ ਸ਼ੇਅਰ ਕਰੋ ਬਾਈ ਤੋਂ ਗੱਡੀਆਂ ਬੁੱਕ ਕਰਾਓ। ਹਾਂਜੀ ਹਾਂਜੀ ਹੁਣ ਮੈਨੂੰ ਐਂ ਦੱਸੋ ਯਾਰ ਬਾਈ ਵੀ ਜਦੋਂ G63 ਹੋ ਗਈ ਹੋਰ ਰੇਂਜ ਰੋਵਰਾਂ ਹੁਣ ਇਹ ਸਾਰੀਆਂ ਗੱਡੀਆਂ ਖੜੀਆਂ ਆਪਣੇ ਕੋਲ ਹਾਂਜੀ ਕਿੰਨਾ ਕੁ ਚਿਰ ਪਹਿਲਾਂ ਕੋਈ ਬੰਦਾ ਕਹੇ ਕਿ ਯਾਰ ਮੈਨੂੰ ਆਹ ਗੱਡੀ ਚਾਹੀਦੀ ਹੈ? ਬਾਈ ਜੀ ਗੱਡੀ ਫਰੀ ਹੋਣੀ ਚਾਹੀਦੀ ਅਵੇਲੇਬਿਲਟੀ ਹੋਣੀ ਚਾਹੀਦੀ ਹੈ। ਹਾਂ ਕਈ ਯਾਰ ਤਾਂ ਜਿੱਦਾਂ ਜੀ ਵੈਗਨ ਹੋ ਗਈ ਜਾਂ ਮੇ ਵੈਗਨ ਤਾਂ ਜਨਵਰੀ ਫਰਵਰੀ ਦੀਆਂ ਵੀ ਡੇਟਾਂ ਬੁੱਕ ਆਪਣੀਆਂ ਬਾਈ ਜੀ। ਠੀਕ ਆ ਹਾਂਜੀ ਬਸ ਗੱਡੀ ਫਰੀ ਹੋਣੀ ਚਾਹੀਦੀ ਹੈ ਤੇ ਬੁਕਿੰਗ ਹੋ ਜਾਂਦੀ ਹੈ ਬਾਈ। ਹਾਂ ਮਤਲਬ ਤੁਸੀਂ ਹੱਲ ਕਰ ਦਿੰਨੇ ਆ ਇੱਕ ਵਾਰੀ ਬੰਦਾ ਫੋਨ ਤਾਂ ਜ਼ਰੂਰ ਹੀ ਕਰ ਹੀ ਲਵੇ ਨਾ ਯਾਰ ਕੀ ਪਤਾ ਕਿਹੜੀ ਡੇਟ ਆ ਜਿਹੜੀ ਉਹ ਫਰੀ ਹੋਵੇ ਹੀ ਹੋਵੇ। ਹਾਂਜੀ 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 ਮੈਂ ਵੀ ਉਹ ਬਾਈ ਅਰੇਂਜ ਕਰਾ ਦਈਦੀਆਂ ਗੱਡੀਆਂ ਤੁਸੀਂ ਕਰਾ ਦਿੰਨੇ ਆ? ਹਾਂਜੀ ਹਾਂਜੀ ਠੀਕ ਆ ਜਿਹੜਾ ਜਿਹੜੀ ਬੰਦੇ ਨਾਲ ਰੇਟ ਕਰਦੇ ਆ ਉਹ ਬੰਦੇ ਦੀ ਇੱਥੋਂ ਜਿਹੜੀ ਉੱਥੇ ਜਾਣ ਵਾਲੀ ਦੂਰੀ ਸਦਕਾ ਵੀ ਕਰਦੇ ਆ? ਨਹੀਂ 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 ਬਾਈ ਜੀ ਵਿਆਹ ਵਾਲਿਆਂ ਦੇ ਘਰ ਤੋਂ ਜਿੱਥੇ ਤੱਕ ਜਾਣਾ ਉੱਥੇ ਦਾ ਰੇਟ ਹੁੰਦਾ ਬਾਈ ਜੀ। ਉੱਥੋਂ ਦਾ ਰੇਟ ਹੁੰਦਾ ਤੇ ਜੇ ਵਿਆਹ ਵਾਲਿਆਂ ਦਾ ਘਰ ਹੀ 50 ਕਿਲੋਮੀਟਰ ਦੂਰ ਹੋਇਆ ਬਾਈ ਜੇ ਮੋਗੇ ਇੰਨਾ ਕੁ ਐਡਜਸਟਮੈਂਟ ਕਰ ਲਈਦਾ ਇੱਥੋਂ 100 ਕਿਲੋਮੀਟਰ ਦੇ ਏਰੀਏ 'ਚ ਆਪਾਂ ਕਵਰ ਕਰ ਲਈਦਾ ਜੀ। ਬਾਕੀ ਜੇ ਬਾਹਲੀ ਦੂਰ ਹੋਵੇ ਬਾਈ ਇੰਨਾ ਕੁ ਤਾਂ ਸਰਕਲ ਹੈਗਾ ਆਪਾਂ ਉੱਧਰਲੇ ਪਾਸੇ ਅਰੇਂਜ ਕਰਾ ਦਈਦਾ। ਅੱਛਾ ਜੇ ਦੂਰ ਹੋਵੇ? ਹਾਂਜੀ ਬਾਈ ਨਹੀਂ ਤਾਂ ਚੱਲ ਐਂ ਵੀ ਹੋ ਸਕਦਾ ਵੀ ਜਿਹੜਾ ਤੁਹਾਡੇ ਘਰ ਦੀ ਦੂਰੀ ਆ ਉਹ 'ਤੇ ਤੇਲ 'ਚ ਐਡਜਸਟਮੈਂਟ ਕਰ ਲਈਏ ਅਤੇ ਬਾਕੀ ਜਿਹੜੀ ਗਾਹਾਂ ਵਾਲੀ ਆ ਉਹਦਾ ਰੇਟ ਹੋ ਜੇ। ਹਾਂਜੀ ਹਾਂਜੀ ਬਾਈ ਹੈ ਨਾ ਅਤੇ ਬਾਕੀ ਸਾਰਾ ਕੁਛ ਬਾਈ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਆ ਪੂਰੀ ਜਦੋਂ ਅਗਲੇ ਨੂੰ ਵਿਆਹ ਕੇ ਲਿਆਉਣਾ ਅਗਲੇ ਦੇ ਘਰੇ ਤੱਕ ਛੱਡ ਕੇ ਆਉਣਾ ਤੁਹਾਡੇ ਡਰਾਈਵਰ ਦੀ ਵੀ ਜਿਵੇਂ ਜਿਹੇ ਜਿਹੇ ਤੁਸੀਂ ਹੈਗੇ ਆ ਦੇਖਣ ਨੂੰ ਲੱਗਦੇ ਇਸੇ ਤਰ੍ਹਾਂ ਦਾ ਡਰਾਈਵਰ ਹੀ ਜਾਂਦਾ ਬਾਈ? ਡਰਾਈਵਰ ਨਹੀਂ ਬਾਈ ਆ ਭਰਾਈ ਆ ਸਾਡੇ ਸਾਡੀ ਗੱਡੀਆਂ ਦੇ ਕੋਈ ਵੀ ਤੁਹਾਨੂੰ ਨਸ਼ੇੜੀ ਜਾਂ ਕੋਈ ਵੀ ਇੱਦਾਂ ਦੇ ਸਾਫ ਸੁਥਰੇ ਸਾਰੇ ਮੰਨ ਲਓ ਕਹੋ ਨਾ ਦਾਰੂ ਨਾ ਜਰਦਾ ਕੁਛ ਨਹੀਂ ਲਾਉਂਦੇ ਸਾਰੇ 100-20 ਬੰਦੇ ਹੁੰਦੇ ਵੀ ਅਗਲੇ ਦੀ ਫੈਮਿਲੀ ਨੇ ਬੈਠਣਾ ਜ਼ਿੰਮੇਵਾਰੀ ਹੋ ਜਾਂਦੀ ਜੀ ਇੱਕ ਇੱਕ ਤਾਂ ਉੱਦਾਂ ਗੱਡੀ ਲੈ ਕੇ ਜਾਂਦਾ ਵਿਆਹ ਵਾਲੀ ਗੱਡੀ ਲੈ ਕੇ ਜਾਂਦੇ ਦੋ ਪਰਿਵਾਰਾਂ ਦੀ ਜ਼ਿੰਮੇਵਾਰੀ ਇੱਕ ਗੱਡੀ ਵਾਲੇ ਦੇ ਸਿਰ 'ਤੇ ਹੁੰਦੀ ਆ ਬੰਦੇ ਉਸ ਹਿਸਾਬ ਨਾਲ ਹੀ ਹੁੰਦੇ ਆਪਣੇ ਕੋਲ ਸਹੀ ਹੁੰਦੇ ਮੰਨ ਲਓ ਚਾਹੇ ਨਵੇਂ ਸ਼ਹਿਰ ਹੋ ਜਾਂ 100 ਕਿਲੋਮੀਟਰ 50 ਕਿਲੋਮੀਟਰ ਤੋਂ ਵੀ ਬੰਦਾ ਮੰਗਾਉਣਾ ਪਵੇ ਮੰਗਾਈ ਦਾ ਪਰ ਸਾਫ਼ ਸੁਥਰਾ ਹੁੰਦਾ ਇਹ ਨਹੀਂ ਵੀ ਉੱਧਰੋਂ ਰੇਂਜ ਰੋਵਰ 'ਚ ਬੈਠਾ ਅਤੇ ਨਾਲ ਬੁੱਲਾਂ 'ਚ ਜਰਦਾ ਰਹਿ ਹੁੰਦਾ ਉਹ ਚੀਜ਼ ਨਹੀਂ ਹੁੰਦੀ ਬਾਈ ਸਾਡੇ ਸਾਰੇ ਸਾਫ਼ ਸੁਥਰਾ ਜ਼ਿਆਦਾਤਰ 90% ਸਰਦਾਰ ਮੁੰਡੇ ਆ ਅਸੀਂ ਅਤੇ ਆਹ ਵੀ ਬਿਲਕੁਲ ਨਵੀਂ ਆ ਗੱਡੀ ਇਹ 20 ਮਾਡਲ ਆ ਬਾਈ ਜੀ ਰੇਂਜ ਰੋਵਰ ਸਪੋਰਟਸ ਇਹ ਪਿਛਲੇ ਸਾਲ ਲਿਆ ਸੀ ਇਹ ਪਿਛਲੇ ਸਾਲ ਹਾਂਜੀ
ਤੇ ਬੇਟੀ ਨੂੰ ਦਿਖਾ ਦਿੰਨੇ ਆ ਕਿ ਪੁੱਤ ਤੇਰੇ ਜਨਮ ਵੇਲੇ ਸ਼ੁਰੂ ਕੀਤਾ ਸੀ ਕੰਮ ਤੇ ਹੁਣ ਇੰਨੀਆਂ ਹੋ ਗਈਆਂ ਸਾਰਾ ਪਤਾ ਮੇਰੇ ਨਾਲ ਵੱਧ ਚਾਹ ਉਹ ਕੁੜੀ ਨੂੰ ਹੁੰਦਾ ਜਦੋਂ ਮੰਨ ਲਓ ਗੱਡੀ ਆਣੀ ਹੈ ਮੇਰੇ ਤੋਂ ਵੱਧ ਚਾਹ ਉਹਨੂੰ ਹੁੰਦਾ ਕੁੜੀ ਨੂੰ ਠੀਕ ਹੈ ਤੇ ਕੋਈ ਇੰਸਟਾਗ੍ਰਾਮ ਦਾ ਪੇਜ ਵਗੈਰਾ ਬਣਾਇਆ ਜੀ ਤੇਰੀ ਬਾਣੀ ਵੈਡਿੰਗ ਕਾਰ ਦੇ ਨਾਂ ਤੇ ਬਾਈ ਜੀ ਹਾਂਜੀ ਬਾਣੀ ਵੈਡਿੰਗ ਕਾਰ ਦੇ ਨਾਂ ਤੇ ਬਾਣੀ ਵੈਡਿੰਗ ਕਾਰ ਦੇ ਨਾਂ ਤੇ ਤੁਹਾਡਾ ਪੇਜ ਬਣਿਆ ਹੋਇਆ ਜੀ ਤੇ ਕੋਈ ਵੀ ਬੰਦਾ ਇੰਸਟਾਗ੍ਰਾਮ ਤੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਤੇ ਬਾਈ ਗੱਡੀਆਂ ਕੋਈ ਡੇਲੀ ਰੈਂਟ ਰੂਂਟ ਤੇ ਵੀ ਦੇ ਦਿੰਨੇ ਆ ਵੀ ਜੇ ਕਿਸੇ ਨੇ ਲੈਣਾ ਹੋਵੇ ਕੋਈ ਜਿਆਦਾ ਸੈਲਫ ਡਰਾਈਵ ਦਾ ਕੰਮ ਨਹੀਂ ਕਰਦੇ ਬਾਈ ਸੈਲਫ ਡਰਾਈਵ ਦਾ ਕੰਮ ਨਹੀਂ ਕਰਦੇ ਵੈਡਿੰਗ ਕਾਰ ਦਾ ਹੀ ਕੰਮ ਆ ਹਾਂ ਜੇ ਕੋਈ ਆਂਦਾ ਵਿਦ ਡਰਾਈਵਰ ਦੇ ਦੀਦਾ ਪਰ ਜਿਆਦਾ ਵੈਡਿੰਗ ਕਾਰ ਦਾ ਹੀ ਕੰਮ ਹੈ ਵੈਡਿੰਗ ਕਾਰ ਦਾ ਕੰਮ ਹੀ ਕਰਦੇ ਆ ਵੈਡਿੰਗ ਕਾਰ ਦੇ ਵਿੱਚ ਆਪਣੇ ਕੋਲੇ ਗੱਡੀਆਂ ਤਕਰੀਬਨ 15 20 ਹੈਗੀਆਂ ਹਾਂਜੀ ਬਾਈ ਜੀ ਹੈਗੀਆਂ 15 20 ਗੱਡੀਆਂ ਉਪਲਬਧ ਹੈਗੀਆਂ ਜੇ ਕੋਈ ਬਾਈ ਚਾਂਸ ਇੱਕੋ ਜੀਆਂ ਗੱਡੀਆਂ ਕਰਨੀਆਂ ਬਾਕੀ ਗਾਹਕ ਦੀ ਡਿਮਾਂਡ ਦੇ ਆ ਜਾਂ ਗਾਹਕ ਦੀ ਡਿਮਾਂਡ ਤੇ ਆ ਮੇ ਵੇਖਣਾ ਰੇਂਜ ਰੋਵਰਾ ਹੋ ਗਈਆਂ ਫੋਰਚੂਨਰਾ ਹੋ ਗਈਆਂ ਕਾਲੀਆਂ ਸਕਾਰਪੀਆਂ ਹੋ ਗਈਆਂ ਜਿੰਨੀਆਂ ਕਹੋਗੇ ਆਪਾਂ ਉਪਲਬਧ ਕਰਾ ਦਈਆਂ ਬਈ ਜੇ ਯਾਰ ਜੇ ਤੁਸੀਂ ਮੰਨ ਕੇ ਚੱਲੋ ਵੀ 3 ਰੇਂਜ ਰੋਵਰਾਂ ਕਰਨੀਆਂ 4 ਜੋ ਕੋਈ ਪੈਕੇਜ ਕਰਨਾ 3 ਨਹੀਂ ਜੇ 10 ਰੇਂਜ ਰੋਵਰਾ ਵੀ ਇੱਕ ਟਾਈਮ ਤੇ ਆਪਾਂ ਪੈਦਾ ਕਰ ਦਈਆਂ ਜੀ ਮੈਂ ਕਹਿਣ ਤੋਂ ਭਾਵ ਯਾਰ ਇਹਨਾਂ ਦੇ ਲੈਂਕ ਅੰਗਲੀ ਸੰਗਲੀ ਇਹਨਾਂ ਦੀ ਗਾਂ ਪਛਾਣ ਹੁੰਦੀ ਹੋਈ ਆ ਹਾਂਜੀ ਬਾਈ ਜੀ ਵੀ ਤੁਸੀਂ ਇਹਨਾਂ ਨੂੰ ਸਿਰਫ ਯਾਰ ਸੰਪਰਕ ਕਰਨਾ ਤੁਸੀਂ ਐਂ ਨਹੀਂ ਸੋਚਣਾ ਵੀ ਇਹਦੇ ਮਗਰ ਇੰਨੀਆਂ ਖੜੀਆਂ ਜੇ ਅੱਜ ਵੀ ਅਸੀਂ ਵੀਡੀਓ ਕਰ ਰਹੇ ਆ ਨਾ ਤਾਂ ਅੱਜ ਵੀ ਗੱਡੀਆਂ ਜਿਹੜੀਆਂ ਉਹ ਕਾਫੀ ਗੱਡੀਆਂ ਗਈਆਂ ਹੋਈਆਂ ਵਾ ਹਾਂਜੀ ਬਾਈ ਦੋ ਗੱਡੀਆਂ ਦੇ ਪੁਰਾਣੇ ਨਵੇਂ ਸ਼ਹਿਰ ਦਫ਼ਤਰ ਤੇ ਸਾਡੇ ਇੱਕ ਦਫ਼ਤਰ ਹੈਗਾ ਹੁਸ਼ਿਆਰਪੁਰ ਫਗਵਾੜਾ ਬਾਈਪਾਸ ਦੇ ਲਾਗੇ ਦੂਜਾ ਦਫ਼ਤਰ ਹੈਗਾ ਆਪਣਾ ਨਵੇਂ ਸ਼ਹਿਰ ਸਤਲੁਜ ਪੈਟਰੋਲ ਪੰਪ ਦੇ ਆ ਓਪੋਜ਼ਿਟ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਹਾਂ ਤੇ ਤੁਹਾਨੂੰ ਜਿੰਨੀਆਂ ਵੀ ਗੱਡੀਆਂ ਚਾਹੀਦੀਆਂ ਜਿਹੜੀਆਂ ਵੀ ਗੱਡੀਆਂ ਚਾਹੀਦੀਆਂ ਵੀਰੇ ਦੇ ਨਾਲ ਸੰਪਰਕ ਕਰਨਾ ਹੁਸ਼ਿਆਰਪੁਰ ਦੇ ਵਿੱਚ ਆਪਾਂ ਖੜੇ ਹਾਂ ਨਾ ਬਾਈ ਹਾਂਜੀ ਹਾਂਜੀ ਪੋਰੀ ਦਾ ਬਾਈਪਾਸ ਵੱਜ ਜਾਂਦਾ ਫਗਵਾੜਾ ਰੋਡ ਆ ਬਾਈ ਜੀ ਇਹ ਹਾਂ ਤੇ ਬਹੁਤ ਪਿਆਰਾ ਸੱਜਣਾ ਬਹੁਤ ਹੀ ਪਿਆਰਾ ਸੱਜਣਾ ਸਪੈਸ਼ਲੀ ਧੀਆਂ ਨੂੰ ਪਿਆਰ ਕਰਨ ਵਾਲਾ ਸੱਜਣਾ ਜਿਹੜੀ ਸਭ ਤੋਂ ਮੈਨੂੰ ਜ਼ਿਆਦਾ ਇਹ ਬਾਈ ਦੀ ਵਧੀਆ ਗੱਲ ਲੱਗੀ ਅਤੇ ਮੈਨੂੰ ਐਂ ਲੱਗਦਾ ਕਿ ਦਾਤਾ ਵੀਰੇ ਤੇਰੇ ਕੰਮ ਨੂੰ ਤੇਰੀ ਧੀ ਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ ਦੁਆਵਾਂ ਵੀ ਹੈ ਤੈਨੂੰ ਨਾਲ ਦੀ ਨਾਲ ਅਤੇ ਨਾਲ ਦੀ ਨਾਲ ਲੋਕਾਂ ਤੋਂ ਇਹ ਉਮੀਦ ਵੀ ਆ ਕਿ ਇੰਨੇ ਪਿਆਰੇ ਸੱਜਣ ਨੂੰ ਲੋਕ ਖੁੱਲ੍ਹ ਕੇ ਦਿਲ ਨਾਲ ਵੱਡੇ ਦਿਲ ਦੇ ਨਾਲ ਰਿਸਪੋਂਸ ਕਰਨਗੇ ਤੁਹਾਨੂੰ ਬਾਈ ਦਾ ਕੰਮ ਕਿਵੇਂ ਲੱਗਿਆ ਜਦੋਂ ਵੀ ਕੋਈ ਨੌਜਵਾਨ ਮੁੰਡਾ ਸਾਡਾ ਪੰਜਾਬੀ ਬੰਦਾ ਉੱਠ ਕੇ ਇਸ ਤਰ੍ਹਾਂ ਦਾ ਕਿਰਤ ਵਾਲਾ ਕੰਮ ਕਰਦਾ ਪੰਜਾਬੀ ਸਪੋਰਟ ਬਹੁਤ ਕਰਦੇ ਆ ਬਾਈ ਹਾਂਜੀ ਬਾਈ ਜੀ ਲੋਕੀ ਚਾਅ ਨਾਲ ਸਪੋਰਟ ਕਰਦੇ ਲੋਕਾਂ ਨੂੰ ਐਂ ਲੱਗਦਾ ਵੀ ਸਾਡਾ ਧੀ ਪੁੱਤ ਕਾਮਯਾਬ ਹਾਂਜੀ 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 ਤਾਂ ਤੈਨੂੰ ਵੀ ਜ਼ਰੂਰ ਕਰਨਗੇ ਸਪੋਰਟ ਕਰਨਗੇ ਤੁਹਾਡੇ ਇੰਸਟਾਗ੍ਰਾਮ ਨੂੰ ਵੀ ਲੋਕ ਫਾਲੋ ਕਰਨਗੇ ਅਤੇ ਤੁਹਾਡੇ ਤੋਂ ਲੋਕ ਕੰਮ ਵੀ ਲੈਣਗੇ ਠੀਕ ਹੈ ਬਾਈ ਹਾਂ ਅਤੇ ਇਹ ਬੰਦੇ ਲਾਂਬਾ ਨਹੀਂ ਦਵਾਉਂਦੇ ਇਹ ਗੱਲ ਦਾ ਜ਼ਿੰਮੇਵਾਰ ਮੈਂ ਬੈਠਾ ਉਹ ਤੁਸੀਂ ਲਾਂਬਾ ਇਹਨਾਂ ਦਾ ਇਹਨਾਂ ਨੂੰ ਨਹੀਂ ਦੇਣਾ ਮੈਨੂੰ ਦੇ ਸਕਦੇ ਮੈਨੂੰ ਇੰਨਾ ਪਤਾ